ਪਹਿਲੀ ਤਰੀਕ ਤੱਕ ਜੀਂਦੇ ਰਹਿ ਤੇ ਮਿਲਾਂਗੇ, ਮੈਨੂੰ ਕੁਛ ਹੋ ਜਾਂਦਾ ਹੈ, ਅਗਰ ਕੁਛ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ। ਲੋਕਾਂ ਨੂੰ ਦੱਸਿਓ ਸਾਡੇ ਵਿੱਚ ਆਇਆ ਸੀ, ਉਹਨੂੰ ਬਲੀਦਾਨ ਦੇਣਾ ਪਿਆ, ਦੱਸਿਓ ਜ਼ਰੂਰ ਲੋਕਾਂ ਨੂੰ ਮੇਰੇ ਤੋਂ ਬਾਅਦ। ਗੱਲ ਇੱਕ ਜ਼ਰੂਰੀ ਕਰਨੀ ਆ, ਮੈਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵੱਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ, ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ ਚ ਕਰਦਾ ਰਿਹਾ। ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ, ਮੈਂ ਤਾਂ ਦਿੱਲੀਓਂ ਜਿੱਤਿਆ ਸੀ, ਮੈਨੂੰ ਬਾਅਦ ਚ ਪਤਾ ਲੱਗਾ ਸਾਰਾ, ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਹਾ। ਉਧਰ ਉੱਥੇ ਕਿਸੇ ਬੱਚੀ ਦੇ ਕੱਪੜੇ ਕੁਪੜੇ ਪਾੜੇ, ਗਾਲਾਂ ਕੱਢੀਆਂ, ਜਾਤੀ ਸੂਚ ਗੱਲਾਂ ਕੀਤੀਆਂ, ਮੈਂ ਥੋੜੀ ਜਿਹੀ ਹਮਦਰਦੀ ਕੀਤੀ ਸੀ, ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ, ਨਾ ਮੈਂ ਕੋਈ ਬਦਲਾ ਲਾਉ ਆਦਮੀ ਹੈ। ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ, ਪਹਿਲੀ ਤਰੀਕ ਤੱਕ ਸਬਰ ਕਰੋ, 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜਾ ਜ਼ਿਆਦਾ ਕਰਦੇ ਉਹਨੂੰ ਆਪਾਂ ਕਰ ਲਾਂਗੇ, ਬਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ, ਸ਼ਾਇਦ ਕੋਈ ਗਲਤ ਫਹਿਮੀ ਹੋ ਗਈ ਹੋਵੇ, ਹੱਥ ਜੋੜ ਕੇ ਮਾਫ਼ੀ। ਕੱਲ ਗਿਆ ਤਾਂ ਮੈਂ ਮੋਦੀ ਸਾਹਿਬ ਦੀ ਰੈਲੀ ਤੇ ਸੀਗਾ, ਪਰ ਮੇਰੀ ਬਲੀ ਹੋਈ ਸੀ, ਅਜੇ ਆਹ ਗੱਲਾਂ ਕਰ ਰਹੀਆਂ ਸੀ, ਮੇਰਾ ਖਿਆਲ ਅੰਨ ਜਲ ਥੋੜਾ ਜਿਹਾ ਵਧਿਆ ਸੀ ਤੇ ਮੈਂ ਤੁਹਾਡੇ ਵਿੱਚ ਆ ਗਿਆ। ਕੱਲ 1000 ਬੰਦੇ ਨੇ ਕਿਹਾ ਅੱਜ ਬਦਲਾ ਲੈ ਲਓ ਇਹਦਾ, ਤੇ ਗੱਡੀ ਦਿੱਤੀ ਤੋੜ, 2 ਬੰਦੇ ਹੋ ਗਏ ਜ਼ਖਮੀ, ਤੇ ਮੈਂ ਅੱਗੇ ਬੈਠਾ ਸੀ ਸੀਟ ਦੇ, ਤੁਸੀਂ ਵੀਡੀਓ ਦੇਖਿਓ, ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੌਫ ਨਹੀਂ ਦੇਖੋਗੇ। ਮੈਂ ਕਿਹਾ ਟਾਈਮ ਆ ਗਿਆ ਆ, ਸ਼ਹਾਦਤ ਤੋਂ ਬਿਨਾਂ, ਬਲੀਦਾਨ ਤੋਂ ਬਿਨਾਂ ਕੌਮਾਂ ਜਾਗਦੀਆਂ ਵੀ ਨਹੀਂ, ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ। ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜਥੇਬੰਦੀਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ ਚ ਪਾੜੇ ਪੈਣ, ਮੈਂ ਨਹੀਂ ਚਾਹੁੰਦਾ ਪਿੰਡਾਂ ਚ ਆਪਸ ਵਿੱਚ ਲੋਕੀ ਲੜਨ, ਲੜਾ ਪੜਾ ਕੇ ਜੇ MP ਬਣ ਵੀ ਗਿਆ ਮੇਰੇ ਲਾਹਨਤ ਹੈ। ਆਪਸ ਵਿੱਚ ਭਾਈਚਾਰਾ ਕਾਇਮ ਰੱਖੋ, ਮੁਹੱਬਤ ਦਾ ਦਾਮਨ ਨਾ ਛੱਡੋ। ਜੇ ਮੈਂ 1.5 ਮਹੀਨੇ ਤੋਂ ਤੁਹਾਡੇ ਕਦਮਾਂ ਤੇ ਸਿਰ ਰੱਖ ਦੇਣਾ, ਜਦੋਂ ਤੁਸੀਂ ਭਾਵੇਂ ਪੱਥਰ ਮਾਰੋ ਮੈਂ ਤੁਹਾਡੇ ਵੱਲ ਫੁੱਲ ਸਿੱਟਦਾ, ਤੁਸੀਂ ਜ਼ਿਆਦਾ ਗਰਮੀ ਚ ਹੋਵੇ ਮੈਂ ਤੁਹਾਨੂੰ ਜਲ ਦਿੰਦਾ, ਸਪੈਸ਼ਲੀ ਜਥੇਬੰਦੀਆਂ ਦੇ, ਉਹਨਾਂ ਨੂੰ ਸ਼ਾਇਦ ਪਤਾ ਲੱਗਾ ਕੱਲ ਦੇ ਹਾਦਸੇ ਦਾ, ਨਹੀਂ ਤਾਂ ਵੀਡੀਓ ਆ ਗਈਆਂ ਹੋਣਗੀਆਂ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੇ ਮੈਨੂੰ ਮਾਰਿਆ ਸ਼ੁਭ ਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਸੀ, ਮੈਂ ਤਾਂ ਉਦੋਂ ਕਿਹਾ ਸੀ ਜਿਹਨੇ ਉਹਨੂੰ ਮਾਰਿਆ ਸ਼ੁਭ ਕਰਨ ਨੂੰ ਉਹਦਾ ਪੁੱਤ ਵੀ ਮਰ ਜਾਏ, ਸਾਰੇ ਪੰਜਾਬ ਨੂੰ ਉਹਦਾ ਦੁੱਖ ਆ। ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜਾਂ ਇਸ ਗੱਲ ਦਾ ਬਦਲਾ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਇਆ, ਮੈਂ ਗਰੀਬਾਂ ਲਈ ਵੀ ਆਇਆ, ਮੈਂ ਕਿਸਾਨਾਂ ਲਈ ਵੀ ਆਇਆ, ਮੈਂ ਵਪਾਰੀਆਂ ਲਈ ਵੀ ਆਇਆ, ਮੇਰੀ ਕੋਈ ਕਾਸਟ ਨਹੀਂ, ਸੂਫੀਆਂ ਦਾ ਕੁਛ ਨਹੀਂ ਹੁੰਦਾ। ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਐਸਾ ਇਰਾਦਾ ਵੀ ਹੈ, ਮੈਂ ਨਹੀਂ ਚਾਹੁੰਦਾ ਡਰਾਈਵਰ ਮੇਰਾ ਬੇਟੇ ਵਰਗਾ ਆ ਉਹਨੂੰ ਕੁਛ ਹੋਵੇ, ਮੈਨੂੰ ਕਿਸੇ ਕੱਲੀ ਜਗ੍ਹਾ ਬੁਲਾ ਲਿਓ, ਮੈਂ ਬਿਨਾਂ ਗੱਲ ਮੈਂ ਤੋਂ ਆ ਜਾਊਂਗਾ, ਮੇਰਾ ਸਿਰ ਹਾਜ਼ਰ ਹੈ, ਨਾ ਮੈਂ ਮੌਤ ਤੋਂ ਡਰਦਾ ਨਾ ਮੈਨੂੰ ਕੋਈ। ਕੱਲ ਵੀਡੀਓ ਦੇਖ ਲਿਓ, ਜੇ ਮੇਰੇ ਚਿਹਰੇ ਤੇ ਕੋਈ ਖੌਫ ਸੀ ਮੈਂ ਮੈਂਟਲੀ ਪ੍ਰਪੇਅਰ ਹੋ ਗਿਆ ਸੀ, ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ, ਹੁਣ ਇਹ ਬਲੀਦਾਨ ਅੱਜ ਦੇਣਾ ਪੈ, ਕਿਉਂਕਿ ਕੁਰਬਾਨਾਂ ਬਰਛੀਆਂ ਨਿਕਲ ਗਈਆਂ ਸੀ, ਗੱਡੀ ਤੋੜ ਦਿੱਤੀ ਗਈ ਸੀ, 2 ਬੰਦੇ ਜ਼ਖਮੀ ਹੋ ਗਏ ਸੀ, ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ। ਹੱਥ ਜੋੜ ਕੇ ਮੇਰੀ ਬੇਨਤੀ ਆ, ਪਿੰਡਾਂ ਚ ਭਾਈਚਾਰੇ ਬਣਾਈ ਰੱਖੋ, ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ, ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ, ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ, ਜੇ ਕੋਈ ਗਲਤ ਕਰਜ਼ਾ ਉਹਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਬਦਸਤਾ ਮਾਫ਼ੀ। ਤੁਸੀਂ ਖੁਸ਼ ਰਹੋ, ਆਬਾਦ ਰਹੋ। ਕੱਲ ਮੋਦੀ ਸਾਹਿਬ ਆਏ ਸੀ, ਉਹਨਾਂ ਨੇ ਮੈਂ ਇੱਕ ਵਾਰੀ ਫਿਰ ਦੁਹਰਾ ਦਿਆ, ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ, ਪਹਿਲਾਂ ਵੀ ਦਿੱਲੀਓਂ ਪੁੱਛ ਕੇ ਗਿਆ ਸੀ,
ਹੁਣ ਡੇਢ ਮਹੀਨਾ ਲਾ ਕੇ ਆਇਆ ਹਲਕੇ ਚ, ਹੁਣ ਤੂੰ ਦੱਸ ਦਿੱਤੀਆਂ ਆ, ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਅਦਾ ਕਰੇਗਾ ਉਹ ਵਾਅਦਾ ਖਿਲਾਫੀ ਨਹੀਂ ਹੋਏਗੀ। ਹੰਸਰਾਜ ਹੰਸ ਦਾ ਵਾਅਦਾ, ਮੋਦੀ ਸਾਹਿਬ ਦਾ ਵਾਅਦਾ ਹੋਏਗਾ, ਵਿਕਾਸ ਲਈ ਵਾਅਦਾ ਹੋਏਗਾ, ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਅਦਾ ਹੋਏਗਾ। ਪਹਿਲੀ ਤਰੀਕ ਤੱਕ ਜੀਂਦੇ ਰਹਿ ਤੇ ਮਿਲਾਂਗੇ। ਮੈਨੂੰ ਕੁਛ ਹੋ ਜਾਂਦਾ ਹੈ, ਅਗਰ ਕੁਛ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਆ, ਲੋਕਾਂ ਨੂੰ ਦੱਸਿਓ ਸਾਡੇ ਵੀ ਆਇਆ ਸੀ, ਉਹਨੂੰ ਬਲੀਦਾਨ ਦੇਣਾ ਪਿਆ। ਦੱਸਿਓ ਜ਼ਰੂਰ ਲੋਕਾਂ ਨੂੰ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜੋ ਕੌਮਾਂ ਜਾਗਦੀਆਂ ਵੀ ਨਹੀਂ, ਜ਼ਰੂਰ ਦੱਸਿਓ। ਆਹ ਜਿਹੜਾ ਮੇਰੇ ਮੈਂ ਇਮੋਸ਼ਨਲ ਨਾ, ਮੈਂ ਕੋਈ ਮੌਤ ਮੂਤ ਤੋਂ ਨਹੀਂ ਡਰਦਾ, ਫਕੀਰ ਕਾਹਦਾ ਜਿਹੜਾ ਮੌਤ ਤੋਂ ਡਰੇ। ਮੇਰਾ ਦੇਖਿਓ ਕੱਲ ਦੀ ਵੀਡੀਓ, ਮੈਂ ਬਿਲਕੁਲ ਸ਼ਹਿਰ ਬੈਠਾ ਸੀ, ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਂਪੁਰਸ਼ ਹੈ ਉਹਨਾਂ ਨੂੰ ਮੈਂ ਮੰਨਣ ਵਾਲਾ, ਮੈਂ ਉਸੇ ਤਰ੍ਹਾਂ ਬੈਠਾ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਟਾਈਮ ਆ ਗਿਆ, ਪਰ ਮੈਨੂੰ ਡਰ ਇਹ ਸੀ ਮੇਰੇ ਬੱਚੇ ਡਰਾਈਵਰ ਨੂੰ, ਮੇਰੀ ਫੋਰਸ ਨੂੰ ਕੁਛ ਨਾ ਹੋ ਜਾਵੇ। ਕੋਸ਼ਿਸ਼ ਕਰਿਓ, ਇਸ ਸੋਚ ਨੂੰ ਜ਼ਰੂਰ ਕਾਇਮ ਰੱਖਿਓ, ਮੇਰੇ ਤੋਂ ਬਾਅਦ ਕੁਛ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਰਾਦਰੀ ਦੀ ਰਾਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ। ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।